ਸਰਾਬਾ ਫਿਲਮ ਦੇ ਵਿੱਚ ਇੱਕ ਸੀਨ ਆ ਉਹਦੇ ਵਿੱਚ ਡਾਇਲ ਹੋ ਗਿਆ ਜਿੱਥੇ ਕਿ ਹਰਨਾਮ ਸਿੰਘ ਟੁੰਨੀ ਲਾੜ ਕਰਤਾਰ ਸਿੰਘ ਸਰਾਬੇ ਨੂੰ ਕਹਿੰਦਾ ਕਿ ਅਗਰ ਸਾਡੀ ਲੜਾਈ ਸੱਚ ਦੀ ਲੜਾਈ ਹੈ ਤੇ ਵਾਹਿਗੁਰੂ ਆਪਣੀ ਮਿਹਰ ਦਾ ਹੱਥ ਸਾਡੇ ਤੇ ਜਰੂਰ ਰੱਖੇਗਾ ਇੰਡੀਆ ਦੇ ਸੈਂਸਰ ਬੋਰਡ ਨੇ ਬਹੁਤ ਰੁਕਾਵਟਾਂ ਰੱਖੀਆਂ ਇਥੇ ਤਾਂ ਲੱਗ ਰਿਹਾ ਸੀ ਕਿ ਉਹ ਚਾਹੁੰਦੇ ਨਹੀਂ ਸੀ ਕਿ ਸਰਾਬਾ ਪੰਜਾਬ ਜਾਂ ਇੰਡੀਆ ਦੇ ਵਿੱਚ ਰਿਲੀਜ਼ ਹੋਵੇ ਸਰਾਬਾ ਟੀਮ ਨੇ ਆਪਣੀ ਸੱਚ ਦੀ ਲੜਾਈ ਛੜਦੀਆਂ ਕਲਾਂ ਚ ਲੜੀ ਬਾਹੀ ਗੋਰੀ ਦੀ ਮੇਰ ਦੇ ਨਾਲ ਤੇ ਅੱਜ ਉਹ ਸਰਟੀਫିକੇਟ ਸਾਨੂੰ ਮਿਲ ਗਿਆ ਹੁਣ ਇਹ ਫਿਲਮ 9 ਨਵੰਬਰ ਯਾਨੀ ਕਿ ਵੀਰਵਾਰ ਨੂੰ ਪੰਜਾਬ ਇੰਡੀਆ ਦੇ ਵਿੱਚ ਸਿਨਮੇ ਕਰਨਾ ਚਾਹ ਰਹੀ ਹੈ ਰਿਲੀਜ਼ ਹੋ ਰਹੀ ਹੈ ਉਮੀਦ ਹੈ ਕਿ ਤੁਸੀਂ ਇਸ ਫਿਲਮ ਨੂੰ ਹਮ ਹਮਾ ਕੇ ਦੇਖਣ ਜਾਓਗੇ ਪਹਿਲੇ ਤੋਂ ਵੀ ਜ਼ਿਆਦਾ ਇਹ ਨਹੀਂ ਸੋਚਣਾ ਕਿ ਹੋਰ ਵੀ ਫਿਲਮਾਂ ਲੱਗ ਰਹੀਆਂ ਨੇ ਤੇ ਹੋਰ ਵੀ ਫਿਲਮਾਂ ਆਉਣ ਵਾਲੀਆਂ ਨੇ ਪੰਜਾਬ ਦੇ ਵਿੱਚ ਤਾਂ ਇੱਕੋ ਹੀ ਸ਼ੇਰ ਗੱਜਣਾ ਚਾਹੀਦਾ ਉਹ ਕਰਤਾਰ ਸਿੰਘ ਸਰਾਪਾ ਇਬ ਵੀ ਸੋਚਣਾ ਕਿ ਦੇਵਾਲੀ ਹੈ ਦੇਵਾਲੀ ਦੀਆਂ ਛੁੱਟੀਆਂ ਨੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਫੈਮਿਲੀ ਨਾਲ ਇਸ ਸਿਰਮੇ ਕਰਨ ਜਾ ਕੇ ਦੇਖੋਗੇ ਇਹ ਕਰਤਾਰ ਸਿੰਘ ਸਰਾਭਾ ਤੇ ਗਦਰੀ ਬਾਬਿਆਂ ਲਈ ਬਹੁਤ ਹੀ ਸੋਹਣਾ ਤੋਹਫਾ ਹੋਗਾ ਧੰਨਵਾਦ